जिला गुरदासपुर ਦੇ ਪਿੰਡ ਉਮਰਵਾਲ ਦਾ 21 ਸਾਲ ਦਾ ਨੌਜਵਾਨ ਜਿਨੇ 21 ਸਾਲਾਂ ਦੇ ਵਿੱਚ 10 ਵਰਡ ਰਿਕਾਰਡ ਬਣਾ ਲੇ ਲਿਮਕਾ ਬੁੱਕ ਆਫ ਵਰਡ ਰਿਕਾਰਡ ਇੰਡੀਆ ਬੁੱਕ ਆਫ ਵਰਡ ਰਿਕਾਰਡ ਤੋਂ ਇਲਾਵਾ ਗਿਨੀਸ ਬੁੱਕ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਾਇਆ ਜੇ ਡਬਲਯੂ ਆਰਸੀਏ ਦੀ ਗੱਲ ਕਰਾਂ ਤਾਂ ਉਸ ਵਿੱਚ ਵੀ ਆਪਣੇ ਰਿਕਾਰਡ ਬਣਾ ਲੇ ਕਿੱਦਾਂ ਬਣਾਏ ਕਿੰਨੀ ਕ ਮਿਹਨਤ ਕਰਨੀ ਪਈ ਗੱਲਬਾਤ ਕਰ ਲੈਨੇ ਆ ਕੁਮਰ ਅਮਰਿਤਵੀਰ ਨਾਲ ਕੁਮਰ ਕੀ ਕਹਿਣਾ ਚਾਹੋਗੇ ਇਹ ਜੋ ਰਿਕਾਰਡ ਬਣੇ ਕੀ ਕੀਤਾ ਐਸਾ ਕਿਹੜੀ ਗੇਮ ਖੇਡੀ ਕਿ 10 ਵਰਲਡ ਰਿਕਾਰਡ ਸਰ ਇਹ ਪੁਸ਼-ਅਪ ਦੇ ਵਿੱਚ ਮੈਂ ਰਿਕਾਰਡ ਬਣਾਏ ਨੇ ਸਾਰੇ ਡੰਡ ਮਾਰ ਕੇ ਅਲੱਗ-ਅਲੱਗ ਤਰ੍ਹਾਂ ਦੇ ਫਿਰ ਅਲੱਗ-ਅਲੱਗ ਬੁੱਕਾਂ ਦੇ ਵਿੱਚ ਮੈਂ ਆਪਣੇ ਨਾਂ ਦਰਜ ਕਰਾਏ ਨੇ ਕਿਹੜੀ-ਕਿਹੜੀ ਬੁੱਕ ਸਰ ਗਿਨੀਸ ਵਰਲਡ ਰਿਕਾਰਡ ਆ ਲੰਮਕਾ ਬੁੱਕ ਰਿਕਾਰਡ ਆ ਡਬਲਯੂ ਆਰ ਸੀ ਆ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਆ ਕਲਾਮ ਵਰਲਡ ਰਿਕਾਰਡ ਆ ਵਰਲਡ ਰਿਕਾਰਡਸ ਇੰਡੀਆ ਇੰਡੀਆ ਬੁੱਕ ਆਫ ਰਿਕਾਰਡ ਇਨ ਫਿਊਂਸਰ ਬੁੱਕ ਆਫ ਰਿਕਾਰਡ ਇਦਾਂ ਸਰ ਹੋਰ ਬੁੱਕਾਂ ਨੇ ਜਨਾਂ ਦੇ ਵਿੱਚ ਮੇਰੇ ਰਿਕਾਰਡ ਆ ਰਹੇ ਨੇ ਅੱਗੇ ਤੇ ਹੁਣ ਤੱਕ ਟੋਟਲ ਸਰ ਇਹ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਆ ਜੋ ਲੰਡਨ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਆ ਮੇਨ ਜਿਵੇਂ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਆ ਉਹਨਾਂ ਦਾ ਵੀ ਮੇਨ ਹੈੱਡ ਆਫਿਸ ਲੰਡਨ ਦੇ ਵਿੱਚ ਆ ਇਹ ਵੀ ਸੇਮ ਉਥੋਂ ਦੀ ਬੁੱਕ ਆ ਸਰ 10 ਵਰਲਡ ਰਿਕਾਰਡ ਇਹਦੇ ਚ ਕਹਿੰਦੇ ਕਿ ਜਿਹੜੇ ਬੜੇ ਮਹਾਨ ਹੋਏ ਨੇ ਵਰਲਡ ਦੇ ਜਿਨ੍ਹਾਂ ਦਾ ਨਾਮ ਬਰੂਸਲੀ ਸੀ ਉਹਨਾਂ ਦਾ ਵੀ ਰਿਕਾਰਡ ਤੋੜਿਆ ਜੀ ਸਰ ਉਹ ਪੁਸ਼-ਅਪ ਦਾ ਰਿਕਾਰਡ ਸੀ ਮੇਰਾ ਫਿੰਗਰ ਟਿਪ ਪੁਸ਼-ਅਪ ਕੀਤੇ ਨੇ ਮੈਂ ਵੀ ਐਲ ਵੀ ਪਾਰ ਆ ਕੇ ਪਿੱਠ ਦੇ ਉੱਤੇ 86 ਪੁਸ਼-ਅਪ ਲਾਈ ਨੇ ਮੈਂ ਉਂਗਲਾਂ ਦੇ ਉੱਤੇ ਕਿੰਨਾ ਮਾਣ ਮਹਿਸੂਸ ਹੁੰਦਾ ਅਜ 21 ਸਾਲ ਦੀ ਉਮ 10 ਵਰਡ ਰਿਕਾਰਡ ਸਰ ਮਾਨ ਮੈਨੂੰ ਲੋਕ ਮਹਿਸੂਸ ਕਰਾਉਂਦੇ ਨੇ ਮੇਰੇ ਸਪੋਰਟਰਸ ਮਹਿਸੂਸ ਕਰਾਉਂਦੇ ਨੇ ਟੀਵੀ ਚੈਨਲ ਸਾਡੇ ਜਿਵੇਂ ਤੁਸੀਂ ਹੋਗੇ ਸਰ মিডিਆ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਹੁਣ ਤੱਕ ਤੇ ਸਾਡੇ ਜੋ ਸਿਵਲ ਸਰਵਿਸਿੰਗਸ ਦੇ ਸਾਰੇ ਜਿਵੇਂ ਆਪਾਂ ਡੀਸੀ ਸਰ ਕਹਿ ਸਕਦੇ ਆ ਐਸਐਸਪੀ ਸਰ ਕਹਿ ਸਕਦੇ ਆ ਇਹਨਾਂ ਨੇ ਮੈਨੂੰ ਬੜਾ ਸਨਮਾਨ ਦਿੱਤਾ ਵਾ ਬੜਾ ਮੈਨੂੰ ਮਾਨ ਬਖਸ਼ਿਆ ਵਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਟੀਚਾ ਕੀ ਮਿੱਥਿਆ ਸਰ ਉਹ ਦਾ ਬਹੁਤ ਵੱਡਾ ਵਾ ਪਰ ਮੈਂ ਦੱਸਣਾ ਚਾਹੁੰਦਾ ਕਿ ਹਾਲੇ ਫਿਲਹਾਲ ਜੋ ਪੁਸ਼ਅਪ ਦੇ ਰਿਕਾਰਡ ਨੇ ਮੇਰੇ ਉੱਪਰ 100 ਵਰਡ ਰਿਕਾਰਡ ਬਣਾਉਣੇ ਨੇ ਬਲੂਨਾ ਚੁਣਨਾ ਸਿਰਫ ਪੁਸ਼-ਅਪ ਦੇ ਨਹੀਂ ਅਲੱਗ-ਅਲੱਗ ਫਿਜ਼ੀਕਲ ਐਕਟੀਵਿਟੀ ਕਰਕੇ ਪੰਜਾਬ ਪੁਲਿਸ ਦੇ ਨਾਲ ਵੀ ਕਹਿੰਦੇ ਜੁੜੇ ਦਿਓ ਉਹਨਾਂ ਦੇ ਵੀ ਜ਼ਿਲ੍ਹੇ ਦੇ ਅੰਬੈਸਡਰ ਬਣ ਗਏ ਹਾਂਜੀ ਸਰ ਮੈਨੂੰ ਸਾਡੇ ਰਿਸਪੈਕਟਡ ਹਰੀ ਸਰ ਨੇ ਗੁਰਦਾਸਪੁਰ ਐਸਐਸਪੀ ਨੇ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਹੈ ਮੇਰੇ ਨਾਮ ਅੰਬੈਸਡਰ ਵਜੋਂ ਫਿਟਨੈਸ ਦਾ ਅੰਬੈਸਡਰ ਜੋ ਕਿ ਉਹਨਾਂ ਦੀ ਲਹਿਰ ਚੱਲ ਰਹੀ ਹੈ ਮਿਸ਼ਨ ਨਿਸ਼ਚੈ ਉਹਦਾ ਹਿੱਸਾ ਬਣਾਇਆ ਮੈਨੂੰ ਸਰ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਜੁੜੇ ਹੋਏ ਹਾਂਜੀ ਸਰ ਉਹ ਰਿਸਪੈਕਟਡ ਹਿਮਾਂਸ਼ੂ ਸਰ ਹੋਏ ਨੇ ਸਾਡੇ ਡੀਸੀ ਇੱਥੇ ਪਹਿਲਾਂ ਰ ਉਹਨਾਂ ਨੇ ਮੈਨੂੰ ਸਵੀਪਾਈ ਕੇ ਨਾਮਜ਼ਦ ਕੀਤਾ ਸੀ ਮੈਨੂੰ ਜ਼ਿਲੇ ਦਾ ਜੇ ਦੇਖਿਆ ਜਾਵੇ ਤਾਂ ਕਿੰਨਾ ਕੋ ਔਖਾ ਵਾ ਆਮ ਗੇਮਸ ਨਾਲੋਂ ਪੁਸ਼-ਅਪ ਲਗਾਣੇ ਡੰਡ ਬੈਠਕਾਂ ਲਾਉਣੇ ਨਹੀਂ ਸਰ ਡੰਡ ਲਾਉਣੇ ਔਖੇ ਨਹੀਂ ਆ ਪਰ ਆਪਾਂ ਇੱਕ ਪਾਰਟਿਕੂਲਰ ਜਦੋਂ ਆਪਾਂ ਟੀਚਾ ਮਿਲਦੇ ਹਾਂ ਕਿ ਆਪਾਂ ਇੰਨੇ ਡੰਡ ਲਾਉਣੇ ਆ ਜਾਂ ਜਦੋਂ ਸਾਨੂੰ ਟੀਮ ਦੱਸਦੀ ਹੈ ਕਿ ਯਾਰ ਇੰਨੇ ਤੁਸੀਂ ਪੁਸ਼-ਅਪ ਲਾਉਣੇ ਆ ਫਿਰ ਤੁਹਾਡਾ ਰਿਕਾਰਡ ਸਥਾਪਿਤ ਹੋਏਗਾ ਉਦੋਂ ਸਰ ਪ੍ਰੈਕਟਿਸ ਕਰਨੀ ਥੋੜੀ ਮੁਸ਼ਕਲ ਹੁੰਦੀ ਹੈ ਜੇ ਆਮ ਜਾਨਜੀਵਨ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਉਪਰਾਲੇ ਕਰਦੇ ਪਿਓ ਇਹ ਉਪਰਾਲਾ ਕਿੰਨਾ ਕੁ ਸਫਲ ਹੋ ਰਿਹਾ ਸਰ ਸਫਲ ਬਿਲਕੁਲ ਹੋ ਰਿਹਾ ਕਿਉਂਕਿ ਮੈਨੂੰ ਬਹੁਤ ਸਪੋਰਟ ਕਰਦੇ ਨੇ ਲੋਕ ਬਹੁਤ ਪਿਆਰ ਕਰਦੇ ਨੇ ਤੇ ਮੈਂ ਵੀ ਉਹਨਾਂ ਦਾ ਭਰੋਸਾ ਨਹੀਂ ਤੋੜਨਾ ਚਾਹੁੰਦਾ ਕਿਉਂਕਿ ਮੇਰੇ ਕੋਲ ਐਡਾਂ ਆਉਂਦੀਆਂ ਨੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਰ ਮੇਰੇ ਕੋਲ ਐਡਸ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਜਿਹੜੀਆਂ ਮੈਨੂੰ ਲੱਖਾਂ ਦੇ ਵਿੱਚ ਪੇ ਕਰਦੀਆਂ ਨੇ ਪਰ ਉਹ ਮੈਂ ਐਡਾਂ ਰਿਜੈਕਟ ਕਰਦਾ ਹਾਂ ਉਹ ਇਸ ਕਰਕੇ ਨਹੀਂ ਕਿ ਇਹਨੂੰ ਪੈਸਿਆਂ ਦੀ ਲੋੜ ਨਹੀਂ ਹੈ ਪੈਸਿਆਂ ਦੀ ਜ਼ਰੂਰਤ ਹਰ ਇੱਕ ਪਲੇਅਰ ਨੂੰ ਪਰ ਮੈਂ ਯਕੀਨ ਨਹੀਂ ਤੋੜਨਾ ਚਾਹੁੰਦਾ ਆਪਣੇ ਜੋ ਮੈਨੂੰ ਸਪੋਰਟ ਕਰਦੇ ਨੇ ਜੋ ਮੇਰੇ ਲੋਕ ਨੇ ਜੋ ਮੈ ਚੰਗੀ ਗੱਲ ਆ ਕਹਿੰਦਾ ਕਿ ਨਾ ਤੇ ਸਪਲੀਮੈਂਟ ਕਦੀ ਵਰਤਿਆ ਨਾ ਕਦੀ ਜਿਮ ਗਏ ਘਰ ਦਾ ਦੁੱਧ ਘਰ ਦਾ ਦਹੀਂ ਘਰ ਦਾ ਘਿਓ ਖਾ ਕੇ ਇਹ 10 ਵਰਲਡ ਰਿਕਾਰਡ ਬਣਾਏ ਸਾਡੇ ਨਾਲ ਕੁਮਰ ਅਮਰਿਤ ਵੀਰ ਦੇ ਪਰਿਵਾਰਿਕ ਮੈਂਬਰ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰ ਲਾਂਗੇ ਕੀ ਨਾਮ ਹੈ ਜੀ ਮੇਰਾ ਨਾਮ ਸਿਮਰਜੀਤ ਸਿੰਘ ਜੀ ਕਿੰਨੀ ਮਿਹਨਤ ਦੇਖਦੇ ਹੋ ਜਾਂ ਕਿੰਨਾ ਕ ਮਾਣ ਮਹਿਸੂਸ ਕਰਦੇ ਹੋ ਕਿ ਘਰ ਦੀ ਦੀਵਾਰ ਤੇ 10 ਵਰਲਡ ਰਿਕਾਰਡ ਲੰਗੇ ਨੇ ਮਿਹਨਤ ਤੇ ਇਹਦੀ ਸਾਹਮਣੇ ਹੀ ਆ ਜੀ ਜਿੰਨੇ 10 ਵਰਲਡ ਰਿਕਾਰਡ ਬਣਾਏ ਨੇ ਤਾਂ ਮਿਹਨਤ ਤਾਂ ਆਪਣੀ ਸਰੀਰ ਨੂੰ ਤੋੜ ਕੇ ਬਹੁ ਕਰਦਾ ਜੀ ਕਹਿੰਦਾ ਕਿ 100 ਵਰਲਡ ਰਿਕਾਰਡ ਬਣਾਉਣਾ ਬਿਲਕੁਲ ਹੀ ਬਣਾ ਸਕਦਾ ਜੀ ਕਿਉਂਕਿ ਇਹ ਮਿਹਨਤ ਕਰਦਾ ਹੈ ਇਹਦਾ ਟੀਚਾ ਤੇ ਇਹ ਕੁਝ ਕਰ ਸਕਦਾ ਤੇ ਜੇ ਮੈਂ ਕਿਹਾ 100 ਦਾ ਇਹਨੇ ਟੀਚਾ ਮਿੱਥਿਆ ਤੇ ਜੇ ਇਹਦੀ ਸਰਕਾਰ ਸਾਡੀ ਮਦਦ ਕਰੇ ਤੇ ਇਹ 100 ਤੋਂ ਪਾਰ ਕਰੇਗਾ ਜੀ ਕਹਿੰਦੇ ਕਿ ਜੇ ਸਰਕਾਰ ਵੀ ਬਾਹ ਫੜੇ ਤਾਂ 100 ਨਹੀਂ 100 ਤੋਂ ਪਾਰ ਵਰਲਡ ਰਿਕਾਰਡ ਬਣ ਜਾਣਗੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਕੁਵਰ ਅਮਰਿਤਪੀਰ ਨੇ ਜਿਹੜਾ ਆਪਣਾ ਟੀਚਾ ਮਿੱਥਿਆ ਹੈ ਉਸ ਨੂੰ ਜ਼ਰੂਰ ਪਾਰ ਕਰੇਗਾ ਕੈਮਰਾਮੈਨ ਪੰਡਿਤ ਨਾਲ ਨਿਊਜ਼ 18 ਪੰਜਾਬ ਲਈ ਨਿਤਿੰਤ ਲੂਥਰਾ ਬਟਾਲਾ